ਜਿਹੜੇ ਸਾਡੇ ਗੈਂਗਸਟਰ ਨੇ ਉਹ ਇੰਨੇ ਗਲੋਰੀਫਾਈ ਕਿਉਂ ਹੋ ਗਏ ਪੰਜਾਬ ਦੇ? ਕੀ ਯੂਥ ਵਾਕਈ ਉਹਨਾਂ ਨੂੰ ਐਜ਼ ਅ ਹੀਰੋ ਦੇਖਦੀ ਹੈ? ਯੂਥ ਉਹਨਾਂ ਨੂੰ ਹੀਰੋ ਨਹੀਂ ਦੇਖਦਾ। ਕੋਈ ਵਧੀਆ ਫੁੱਟਬਾਲ ਦਾ ਖਿਡਾਰੀ ਸੀ, ਕੋਈ ਵਧੀਆ ਪੜ੍ਹਾਈ ਸੀ, ਲੇਕਿਨ ਬਾਅਦ ਵਿੱਚ ਉਹ ਗੈਂਗਸਟਰ ਕਿਉਂ ਬਣੇ? ਉਹਦਾ ਰੀਜ਼ਨ ਕਿਤੇ ਨਾ ਕਿਤੇ ਸਮਾਜ ਆ, ਕਿਤੇ ਨਾ ਕਿਤੇ ਸਿਸਟਮ ਆ। ਪਰ ਕੀ ਤੁਹਾਨੂੰ ਲੱਗਦਾ ਐਮ ਬੀ, ਤੁਹਾਨੂੰ ਲੱਗਦਾ ਕਿ ਪੰਜਾਬ ਦੀ ਧਰਤੀ ਗੈਂਗਸਟਰ ਪੈਦਾ ਕਰ ਰਹੀ ਹੈ? ਮੈਨੂੰ ਇਹ ਲੱਗਦਾ ਵੀ ਪਹਿਲਾਂ ਸਕ੍ਰਿਪਟ ਪਾਸ ਹੋਣੀ ਚਾਹੀਦੀ ਹੈ, ਵੀ ਜਦੋਂ ਸਕ੍ਰਿਪਟ ਸੈਂਸਰ ਬੋਰਡ ਕੋਲ ਜਾਵੇ ਪਹਿਲਾਂ ਸਕ੍ਰਿਪਟ ਦੇਖੋ। ਜਦੋਂ ਤੁਸੀਂ ਬਾਅਦ 'ਚ ਫਿਲਮ ਬਣਾਤੀ, ਪ੍ਰੋਡਿਊਸਰ ਨੇ ਖਰਚਾ ਕਰਤਾ, ਹੋਰ ਆਰਟਿਸਟ ਸਾਰਾ ਇੰਨਾ ਕੰਮ ਹੋਇਆ, ਤਾਮ ਜਾਮ ਸਾਰਾ ਪੈਸਾ ਲੱਗਿਆ, ਲੱਗਿਆ ਉਹ ਚੀਜ਼ ਹੈ। ਮੈਨੂੰ ਕੱਲ੍ਹ ਹੀ ਅਪਰੋਚ ਕਰ ਰਿਹਾ ਸੀ ਕੋਈ ਕਿ ਇੱਕ ਵਾਰੀ ਸ਼ੂਟਰ ਦੇ ਪ੍ਰੋਡਿਊਸਰਾਂ ਦਾ ਪੱਖ ਲੈਣਾ ਚਾਹੀਦਾ, ਵਿਚਾਰੇ ਉਹ ਕੀ ਸੋਚਦੇ ਹੈ ਕਿ ਜਿਨ੍ਹਾਂ ਨੇ ਇੰਨਾ ਪੈਸਾ ਲਾਇਆ ਹੋਣਾ ਹੈ ਔਰ ਫਿਲਮ ਬਿਲਕੁਲ ਬੰਦ ਹੋ ਗਈ ਤਾਂ ਉਹ ਕਰਨਗੇ ਕੀ? ਹੁਣ ਸਰਕਾਰ ਨੇ ਸੁਣਿਆ ਹੀ ਨਹੀਂ ਉਹਨਾਂ ਨੂੰ, ਸਰਕਾਰ ਉਹਦੀ ਸਕਰੀਨਿੰਗ ਕਰਦੀ, ਦੇਖਦੀ ਕੋਈ ਕਮੀ ਪੇਸ਼ੀ ਹੈ ਉਹ ਸੀਨ ਕਟਵਾ ਦਿੰਦੀ। ਮੇਰੇ ਦੋ ਤਿੰਨ ਫਿਲਮਾਂ ਜ਼ਹਿਨ 'ਚ ਆ ਰਹੀਆਂ ਜਿਨ੍ਹਾਂ 'ਚ ਇੱਕ ਅੱਧਾ ਫੀਮ ਖਾਨ ਵਾਲਾ ਕਾਲਜ ਦਾ ਜ਼ਰੂਰ ਹੈ ਜਾਂ ਯੂਨੀਵਰਸਿਟੀ ਦਾ ਜ਼ਰੂਰ ਹੈ। ਬੱਬੂ ਮਾਨ ਦੀ ਇੱਕ ਫਿਲਮ ਆਈ ਸੀ ਉਹਦੇ 'ਚ ਵੀ ਇਹ ਦਿਖਾਇਆ। ਸਿਕੰਦਰ ਫਿਲਮ ਮੇਰੇ ਯਾਦ ਆ ਰਹੀ ਹੈ, ਉਹ ਤਾਂ ਡੱਬੀ ਨਾਲ ਹੀ ਰੱਖਦੇ ਆ ਹਰੇਕ ਸੀਨ ਦੇ ਵਿੱਚ। ਰੀਅਲ ਲਾਈਫ 'ਚ ਵਿਖਾਉਂਦੇ ਆ ਨਾ। ਫੀਮ ਤਾਂ ਬੜੀ ਛੋਟੀ ਚੀਜ਼ ਆ, ਕਾਲਜ 'ਚ ਬਹੁਤ ਕੁਛ ਹੁੰਦਾ ਆ। ਹੁਣ ਜੇ ਤੁਸੀਂ ਕੋਈ ਚੀਜ਼ ਇਹੋ ਜਿਹੀ, ਸਿਨੇਮਾ ਸਮਾਜ ਦਾ ਰੂਪ ਆ ਦੂਜਾ, ਹੁਣ ਆਪਾਂ ਝੂਠ ਤਾਂ ਨਹੀਂ ਦਿਖਾ ਸਕਦੇ, ਆਪਾਂ ਸਾਫ ਸਾਫ ਤਾਂ ਦਿਖਾ ਸਕਦਾ ਸਾਰਾ ਕੁਝ ਵੀ ਹਾਂ ਕਾਲਜ 'ਚ ਸਾਰੇ ਨੀਟ ਐਂਡ ਕਲੀਨ ਨੇ, ਸਾਰੇ ਸਟੂਡੈਂਟ ਪੜ੍ਹਨ ਵਾਲੇ ਨੇ ਅਤੇ ਸਾਰੇ 95% ਲੱਗੇ ਪਾਸ ਹੋ ਰਹੇ ਨੇ। ਮੈਂ ਇੱਕ ਹੀ ਗੱਲ ਕਹੂੰਗਾ, ਸਰਕਾਰ ਨੂੰ ਲੋਕਾਂ 'ਚ ਤਾਂ ਦਿਖਦਾ ਵੀ ਉਹ ਗਲਤ ਫੈਲਾ ਰਹੇ ਨੇ, ਉਹ ਚੀਜ਼ ਦਿਖਾ ਰਹੇ ਨੇ ਜਿਹੜੀ ਆਮ ਯੂਥ ਦੇ ਉੱਤੇ ਗਲਤ ਅਸਰ ਪਾਉਂਦੀ ਆ, ਅਤੇ ਸਰਕਾਰ ਦੀਆਂ ਜਿਹੜੀਆਂ ਗਲਤੀਆਂ ਨੇ ਉਹ ਕਿੱਥੇ ਕਿੱਥੇ ਅਸਰ ਪਾਉਂਦੀਆਂ ਨੇ? ਆਪਦੀਆਂ ਕੱਛ 'ਚ, ਦੂਜੇ ਦੀਆਂ ਹੱਥ 'ਚ। ਵਾਏ ਪਰ ਮੈਂ ਇਹ ਦੇਖਿਆ ਕਿ ਜਿੰਨੇ ਜ਼ੋਰਾਂ ਦੇ ਕਿਰਦਾਰ ਨੇ, ਐਕਟਰਸ ਨੇ, ਉਹ ਐਸਟੈਬਲਿਸ਼ਮੈਂਟ ਨੂੰ ਚੈਲੰਜ ਕਰ ਰਹੇ ਇਸ ਗੱਲ 'ਤੇ ਕਿ ਤੁਸੀਂ ਫਿਲਮਾਂ ਬੈਨ ਕਿਉਂ ਕਰ ਰਹੇ ਹੋ। ਫਿਲਮ ਜਿਹੜੀ ਮਰਜ਼ੀ ਹੋਵੇ ਭਾਅ ਜੀ, ਫਿਲਮ ਬੈਨ ਕਰਨ ਦਾ ਜਿਹੜਾ ਹੱਕ ਆ ਉਹ ਸੈਂਸਰ ਨੂੰ ਆ। ਜੇ ਤੁਹਾਨੂੰ ਲੱਗਦਾ ਕਿ ਉਹ ਚੀਜ਼ ਦੇ ਵਿੱਚ ਗਲਤੀ ਹੈ ਤਾਂ ਸਰਕਾਰ ਆਪਦੀ ਕਮੇਟੀ ਨੂੰ ਬਿਠਾ ਕੇ ਉਹ ਫਿਲਮ ਦੇਖੇ, ਤੁਹਾਨੂੰ ਲੱਗਦਾ ਕਿ ਉਹ ਚੀਜ਼ ਨਹੀਂ ਸੂਟੇਬਲ ਹੈਗੀ, ਉਹਨੂੰ ਕੱਟ ਕਰ ਲਵੇ, ਵੀ ਉਹਨਾਂ ਡਿਸਕਸ ਕਰਕੇ ਕੱਟ ਹੋ ਸਕਦੀ ਆ। ਲੇਕਿਨ ਪ੍ਰੋਡਿਊਸਰ ਨਾਲ ਤਾਂ ਧੱਕਾ ਹੈ, ਪ੍ਰੋਡਿਊਸਰ ਸਰਵਾਈਵ ਨਹੀਂ ਕਰ ਰਿਹਾ ਪੰਜਾਬ 'ਚ, ਇਹ ਬਹੁਤ ਵੱਡੀ ਗੱਲ ਹੈ। ਸਰਵਾਈਵ ਜੇ ਕਰ ਰਿਹਾ ਤੁਹਾਨੂੰ ਕਰ ਨਹੀਂ ਦਿੱਤਾ ਜਾ ਰਿਹਾ। ਦੇਖੋ ਜੀ, ਸਿੱਕੇ ਦੋਨੇ ਦੋ ਪਹਿਲੂ ਹੁੰਦੇ ਨੇ, ਤੁਸੀਂ ਇੱਕ ਬੰਦੇ ਨੂੰ ਮਾੜਾ ਨਹੀਂ ਕਹਿ ਸਕਦੇ, ਜੇ ਉਹ ਜੇ ਤੁਸੀਂ ਉਹਨੂੰ ਜ਼ਿਆਦਾ ਮਾੜਾ ਕਹਿ ਰਹੇ ਹੋ ਤਾਂ ਤੁਸੀਂ ਵੀ ਮਾੜੇ ਹੋ ਨਾ, ਬੁਰਾਈਆਂ ਤੁਹਾਡੇ 'ਚ ਵੀ ਹੋਣਗੀਆਂ। ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਸਿਮਰਨਜੋਤ ਸਿੰਘ। ਅੱਜ ਗੱਲਾਂ ਬਾਤਾਂ ਕਰਾਂਗੇ, ਥੋੜ੍ਹੀਆਂ ਮਿੱਠੀਆਂ, ਥੋੜ੍ਹੀਆਂ ਕੌੜੀਆਂ, ਚੰਗੀਆਂ ਮਾੜੀਆਂ ਸਾਰੀਆਂ ਗੱਲਾਂ ਕਰਾਂਗੇ, ਫਿਲਮਾਂ ਦੇ ਨਾਲ ਸੰਬੰਧਿਤ ਵੀ ਅਤੇ ਪੰਜਾਬ ਦਾ ਹਾਲ ਕੈਸਾ ਇਹਦੇ 'ਤੇ ਵੀ ਚਰਚਾ ਕਰਦੇ ਹਾਂ। ਅੱਜ ਜੋਰਾ 10 ਨੰਬਰੀਆ ਦੀ, ਵੈਸੇ ਤਾਂ ਇਹਨੂੰ ਟੀਮ ਕਹਿ ਸਕਦੇ ਹਾਂ, ਪਰ ਸਾਰੇ ਮਿੱਤਰ ਹੀ ਨੇ, ਸਾਰੇ ਦੋਸਤ ਹੀ ਨੇ, ਤਾਂ ਅੱਜ ਫਿਲਮਾਂ ਦੇ ਨਾਲ ਨਾਲ ਪੰਜਾਬ ਦੀ ਚਰਚਾ ਕਰਦੇ ਹਾਂ। ਸਾਡੇ ਨਾਲ ਐਮ ਬੀ ਬਾਈ, ਸੋਨਪ੍ਰੀਤ ਜਵੰਦਾ ਜੀ ਅਤੇ ਵਿਮਲ ਚੋਪੜਾ ਜੀ ਨੇ, ਸਵਾਗਤ ਹੈ ਜੀ ਤਿੰਨਾਂ ਦਾ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ। ਠੀਕ ਬੈਠੇ ਹੋ? ਓਕੇ, ਰਿਲੈਕਸ ਬੈਠਾ। ਮੈਂ ਥੋੜ੍ਹਾ ਇੱਧਰੋਂ ਤੰਗ ਬੈਠਾ। ਤੰਗ ਹੋ? ਨਹੀਂ ਨਹੀਂ, ਬਹੁਤ ਵਧੀਆ, ਬਹੁਤ ਮੈਨੂੰ ਲੱਗ ਰਿਹਾ ਸੀ। ਚੋਪੜਾ ਜੀ, ਸਹੀ ਪੰਜਾਬੀ ਹੋ, ਸਹੀ ਚੋਪੜੇ ਹੋ ਤੁਸੀਂ। ਹਾਂਜੀ, ਕਿਵੇਂ ਲੱਗ ਰਿਹਾ ਜੀ ਅੱਜ ਇੱਥੇ ਸਟੂਡੀਓ 'ਚ ਆਏ ਹਾਂ? ਤੁਸੀਂ ਕਿਵੇਂ ਫਿਲਮਾਂ ਦੇ ਵਿੱਚ, ਤੁਹਾਨੂੰ ਅਸੀਂ ਹੋਰ ਕਿਰਦਾਰਾਂ 'ਚ ਦੇਖਦੇ ਆਏ ਹਾਂ, ਕਿ ਫਿਲਮਾਂ ਵਾਸਤੇ ਹੀ ਬਣੇ ਸੀ ਜੀ? ਮੈਂ ਸ਼ੁਰੂ ਤੋਂ ਦੇਖਾਂ ਤਾਂ ਮੈਂ ਫਿਲਮਾਂ ਵਾਸਤੇ ਹੀ ਬਣਿਆ ਸੀ, ਕਿਉਂਕਿ ਮੈਨੂੰ ਸ਼ੌਂਕ ਸੀ ਐਕਟਿੰਗ ਦਾ ਸ਼ੁਰੂ ਤੋਂ ਹੀ, ਬਚਪਨ ਤੋਂ ਹੀ ਮੈਂ ਇਕੱਲੇ ਸ਼ੀਸ਼ੇ ਮੂਹਰੇ ਖੜ੍ਹ ਕੇ ਡਾਇਲੋਗ ਬੋਲਦਾ ਰਹਿੰਦਾ ਸੀ। ਟੀ ਵੀ 'ਚੋਂ ਕੋਈ ਫਿਲਮ ਦਾ ਡਾਇਲੋਗ ਯਾਦ ਕਰਨਾ, ਫਿਰ ਉਹਨੂੰ ਮੈਂ ਖੇਡਣਾ ਸਕੂਲ 'ਚ ਅਤੇ ਬੋਲੀ ਜਾਣਾ, ਬੋਲ ਬੋਲ ਦਿਖਾਉਣਾ ਸਾਰੇ ਆਪਣੇ ਦੋਸਤਾਂ ਨੂੰ, ਅਤੇ ਮੈਂ ਮਰਨ ਦੀ ਐਕਟਿੰਗ ਬਹੁਤ ਵਧੀਆ ਕਰਦਾ ਹੁੰਦਾ ਸੀ ਹੈ ਨਾ। ਅੱਛਾ, ਇਹਦੇ 'ਚ ਵੀ ਕਿਤੇ ਮਾਰਤਾ ਨਹੀਂ ਦਿੱਤਾ? ਨਹੀਂ, ਮਾਰਿਆ ਨਹੀਂ ਮੈਨੂੰ, ਅਤੇ ਵੈਸੇ ਜਿਵੇਂ ਕੋਈ ਫਿਲਮ 'ਚ ਮਾਰਨਾ ਡਿੱਗਣਾ, ਤੜਪ ਤੜਪ ਕੇ ਮਾਰਨਾ, ਉਹਨੇ ਸਾਰਿਆਂ ਨੇ ਤਾੜੀਆਂ ਮਾਰਨੀਆਂ, ਤੂੰ ਬਹੁਤ ਵਧੀਆ ਮਰਦਾ ਹੈ ਨਾ। ਅਤੇ ਫਿਰ ਸਕੂਲ ਦੇ ਜਿਹੜੇ ਵੀ ਹੁੰਦੇ ਪ੍ਰੋਗਰਾਮ ਹੋਣੇ, ਬਾਲ ਸਭਾ ਹੋਣੀ, ਉਹ 'ਚ ਪਾਰਟੀਸਪੇਟ ਕਰਨਾ। ਫਿਰ ਕਾਲਜ ਚਲਿਆ ਗਿਆ, ਕਾਲਜ ਮੈਂ ਯੂਥ ਫੈਸਟੀਵਲ 'ਚ ਪਹਿਲੀ ਵਾਰ ਮੈਂ ਬੈਸਟ ਐਕਟਰ ਆ ਗਿਆ, ਮੇਰਾ ਕੌਨਫੀਡੈਂਸ ਹੋਰ ਵੱਧ ਗਿਆ। ਫਿਰ ਇੱਕ ਜਲੰਧਰ ਦੂਰਦਰਸ਼ਨ 'ਤੇ ਸੀਰੀਅਲ ਆਉਂਦਾ ਹੁੰਦਾ ਸੀ, ਮੈਂ ਗੂੰਗੀ ਨਹੀਂ। ਮੈਂ ਯੂਨੀਵਰਸਿਟੀ ਵਿੱਚ ਇੱਕ ਇੰਟਰਨੈਸ਼ਨਲ ਫੰਕਸ਼ਨ ਸੀ, ਉੱਥੇ ਮੈਂ ਪਾਰਟੀਸਪੇਟ ਕੀਤਾ ਸੀ, ਅਤੇ ਉਹ ਇੰਨਾ ਐਪਰੀਸ਼ੀਏਟ ਹੋਇਆ ਅਤੇ ਉਹ ਮੈਡਮ ਨੇ ਮੈਨੂੰ ਸੀਰੀਅਸ ਰੋਲ ਦਿੱਤਾ, ਅਤੇ ਉਹ ਮੇਰਾ ਕੌਨਫੀਡੈਂਸ ਹੋਰ ਵੱਧ ਗਿਆ। ਕਾਲਜ ਖਤਮ ਕੀਤਾ, ਮੈਂ ਨਿਰਮਲ ਰਿਸ਼ੀ ਕੋਲ ਥੀਏਟਰ ਕਰਨ ਲੱਗ ਗਿਆ। ਮੈਂ ਇਸੇ ਲੁਧਿਆਣੇ ਸ਼ਹਿਰ ਤੋਂ, ਮੇਰਾ ਪਿੰਡ ਆ, ਅਤੇ ਮੈਂ ਲੁਧਿਆਣੇ ਹੀ ਥੀਏਟਰ ਕੀਤਾ, ਅਤੇ ਹੋਰ ਕੋਈ ਕੰਮ ਨਹੀਂ ਕੀਤਾ। ਬਸ ਉਸ ਤੋਂ ਬਾਅਦ ਪ੍ਰੋਫੈਸ਼ਨ, ਮੇਰਾ ਪੈਸ਼ਨ ਸੀ, ਸ਼ੌਂਕ ਪ੍ਰੋਫੈਸ਼ਨਲੀ, ਫਿਰ ਉਹਨੂੰ ਕਰਨ ਲੱਗ ਗਿਆ। ਸੋ ਅੱਜ ਇੱਥੇ ਬੈਠੇ ਹਾਂ ਤੁਹਾਡੇ ਸਾਹਮਣੇ। ਜੇ ਮੈਂ ਗਲਤ ਨਹੀਂ ਤਾਂ ਇਸ ਤੋਂ ਪਹਿਲਾਂ ਤੁਸੀਂ ਦਸਤਾਰਧਾਰੀ ਸੀਗੇ, ਤੁਸੀਂ ਪੂਰੇ ਸਿੱਖੀ ਬਾਣੇ 'ਚ ਸੀਗੇ? ਨਹੀਂ, ਮੈਂ ਪਹਿਲਾਂ ਵੀ ਕਟਿੰਗ ਸੀਗਾ, ਮੈਂ ਹੋਲੀਡੇ ਕੀਤੀ ਆ, ਉਦੋਂ ਵੀ ਕਟਿੰਗ ਸੀਗਾ। ਫਿਰ ਮੈਂ ਪੰਜਾਬ ਆਇਆ, ਫਿਰ ਮੈਂ ਪੱਗ ਬੰਨਣ ਲੱਗ ਗਿਆ ਸੀ,
ਅਤੇ ਦਾੜੀ ਮੇਰੀ ਪਹਿਲਾਂ ਤੋਂ ਕਟਿੰਗ ਰਹੀ ਆ, ਲੇਕਿਨ ਜਿਹੜੀ ਹੁਣ ਇੱਕ ਨਵੀਂ ਫਿਲਮ ਦੀ ਲੁੱਕ ਹੈ ਇਹ, ਕਿਉਂਕਿ ਇੱਕ ਆਰਟਿਸਟ ਹਾਂ ਮੈਂ, ਇੱਕ ਐਕਟਰ ਹਾਂ, ਅਤੇ ਐਕਟਰ ਤਾਂ ਐਕਟਰ ਨੂੰ ਲੁੱਕ ਚੇਂਜ ਕਰਨੀਆਂ ਹੀ ਪੈਂਦੀਆਂ ਨੇ। ਸੋ ਜਿਹੋ ਜਿਹੀ ਡਾਇਰੈਕਟਰ ਦੀ ਰਿਕੁਆਇਰਮੈਂਟ ਹੁੰਦੀ ਆ, ਅਤੇ ਜਿਨ੍ਹਾਂ ਨੇ ਤੁਹਾਨੂੰ ਦਸਤਾਰ 'ਚ ਦੇਖਿਆ ਉਹ ਡਿਸਅਪੁਆਇੰਟ ਨਹੀਂ ਹੋਣਗੇ? ਮੇਰੇ ਖਿਆਲ 'ਚ ਨਹੀਂ ਹੋਣਾ ਚਾਹੀਦਾ ਜੇ ਉਹ ਮੈਨੂੰ ਐਜ਼ ਐਨ ਐਕਟਰ ਦੇਖਦੇ ਨੇ। ਤੁਸੀਂ ਵੱਡੇ ਵੱਡੇ ਜਿੰਨੇ ਵੀ ਐਕਟ, ਆਮਿਰ ਖਾਨ ਆ, ਆਮਿਰ ਖਾਨ ਹੁਣ ਸਰਦਾਰ ਦੀ ਲੁੱਕ 'ਚ ਆਇਆ, ਲੋਕ ਉਹਨੂੰ ਐਪਰੀਸ਼ੀਏਟ ਕਰ ਰਹੇ ਨੇ, ਜਾਂ ਫਿਰ ਉਹ ਕਦੇ ਮੋਟੇ ਹੁੰਦੇ ਆ, ਪਤਲੇ ਹੁੰਦੇ, ਬਹੁਤ ਸਾਰੇ ਐਕਟਰ ਨੇ, ਅਤੇ ਅਸੀਂ ਵੀ ਉਹਨਾਂ ਵਿੱਚੋਂ ਹੀ ਆ। ਸਾਨੂੰ ਵੀ ਕਿਰਦਾਰ ਦੇ ਹਿਸਾਬ ਨਾਲ ਆਪਣੀ ਰੂਪ ਰੇਖਾ ਚੇਂਜ ਕਰਨੀ ਪੈਂਦੀ ਆ। ਸੋ ਇਸ ਜਿਹੜੀ ਜੋਰਾ ਦਾ ਸੈਕਿੰਡ ਚੈਪਟਰ, ਉਹਦੇ ਵਿੱਚ ਮੈਂ ਪੱਗ 'ਚ ਹਾਂ, ਟਰਮਨ 'ਚ ਹਾਂ, ਬਟ ਇਹ ਨਵੀਂ ਫਿਲਮ ਦੀ ਲੋਕ ਆ, ਸੋ ਉਹਦਾ ਸ਼ੂਟ ਚੱਲ ਰਿਹਾ ਸੀ ਅਤੇ ਉਹਦੇ ਦੌਰਾਨ ਹੀ ਆਪਾਂ ਇੰਟਰਵਿਊ ਕਰ ਰਹੇ ਹਾਂ। ਤੁਹਾਡੇ ਵੱਲ ਆਉਣਾ ਬਾਈ ਜੀ, ਕਿਵੇਂ ਲੱਗ ਰਿਹਾ ਅੱਜ ਇੱਥੇ ਬੈਠੇ ਹੋ? ਜੀ ਬਹੁਤ ਖੁਸ਼ੀ ਦੀ ਗੱਲ ਹੈ ਜੀ, ਅਤੇ ਯਕੀਨ ਹੋ ਰਿਹਾ? ਯਕੀਨ ਤਾਂ ਹੋ ਰਿਹਾ ਜੀ, ਅਤੇ ਐਕਚੁਲੀ ਇਹ ਵੀ ਜਿਵੇਂ ਐਡੀ ਟੀਮ ਨਾਲ ਅਸੀਂ ਐਕਸਪੀਰੀਅੰਸ ਗੇਨ ਕਰ ਰਹੇ ਹਾਂ ਸਾਰਾ ਨਾਲ ਨਾਲ ਰਹਿ ਕੇ ਸਾਰਿਆਂ ਨਾਲ। ਕੋਈ ਡਾਇਲੋਗ ਸੁਣਾਓ ਪਹਿਲਾਂ ਮੈਨੂੰ, ਮੈਂ ਚਾਹੁੰਦਾ ਕਿ ਕੋਈ ਇੱਕ ਡਾਇਲੋਗ ਆਉਣ ਦਿਓ ਪਹਿਲਾਂ। ਮੇਰਾ ਜੋਰਾ ਬੰਦ ਦੇ ਵਿੱਚ ਅਸੀਂ ਲਾਸਟ ਦੇ ਵਿੱਚ ਜਦੋਂ ਮਤਲਬ ਜੋਰੇ ਦੇ ਅਸੀਂ ਫੈਨ ਹੁੰਦੇ ਹਾਂ, ਅਤੇ ਉਹਦੇ ਨਾਲ ਫੋਟੋ ਖਿਚਾਉਣਾ ਜਾਂ ਸਾਡਾ ਡਰੀਮ ਹੁੰਦਾ ਉਹਨੂੰ ਮਿਲਣਾ, ਬੰਦੇ ਨੂੰ ਉਹਦੀਆਂ ਐਕਟੀਵਿਟੀਜ਼ ਵਾਚ ਕਰਦੇ ਹਾਂ, ਜਾਂ ਇੱਦਾਂ ਇੱਦਾਂ ਕਾਲਜ ਦੇ ਵਿੱਚ ਹੁੰਦੇ ਹਾਂ, ਉਹਨੂੰ ਹਰ ਇੱਕ ਉਹਦੀ ਐਕਟੀਵਿਟੀ ਹੈ ਜਾਂ ਉਹਨੂੰ ਦੇਖਣਾ, ਉਹਦੀਆਂ ਵੀਡੀਓਜ਼ ਕਿਤੇ ਜਾਂ ਫੋਟੋ ਖਿੱਚ ਕੇ ਫੇਸਬੁੱਕ ਉਹਨਾਂ ਦਾ ਵੈਸੇ ਇੱਕ ਜਾਅਲੀ ਪੇਜ ਬਣਾ ਦੇਣਾ ਉਹਦੇ ਉੱਤੇ, ਇੱਦਾਂ ਇੱਦਾਂ। ਉਹਦੇ ਲਾਸਟ 'ਚ ਮੇਰਾ ਇੱਕ ਡਾਇਲੋਗ ਸੀ ਜਦੋਂ ਅਸੀਂ ਮਤਲਬ ਦੀਪਾ ਬਾਈ ਹੁੰਦੇ ਹਾਂ, ਅਸੀਂ ਉਹਨਾਂ ਨੂੰ ਮਿੰਨਤ ਮੁੰਤ ਕਰਕੇ ਵੀ ਅਸੀਂ ਮਿਲਾ ਦਿਓ ਇੱਕ ਵਾਰੀ, ਫੋਟੋ ਕਰਾ ਦਿਓ ਬਾਈ ਨਾਲ ਜੀ, ਸਟੂਡੈਂਟ ਹੁੰਦੇ ਹਾਂ। ਅਤੇ ਲਾਸਟ ਦੇ ਵਿੱਚ ਬਾਈ ਕਹਿੰਦੇ ਵੀ ਉਹ ਕਹਿੰਦੇ ਹੁੰਦੇ ਨੇ ਵੀ ਜੰਗਲ ਹੈ ਜਾਂ ਇੱਦਾਂ ਹੈ, ਵੀ ਇਹਦੇ ਵਿੱਚ ਤੁਸੀਂ ਕੀ ਕਰੋਗੇ, ਕੀ ਫੋਟੋ ਕਰਾ ਕੇ ਕਰੋਗੇ? ਮੈਂ ਕਹਿੰਦਾ ਹੁੰਦਾ ਵੀ ਬਾਈ ਜੀ ਮੈਂ ਤਾਂ ਵੀ ਇੰਨਾ ਫੈਨ ਮੰਨਦਾ ਜੀ, ਮੈਂ ਤਾਂ ਜੀ ਮੁੱਛਾਂ ਵੀ ਤੁਹਾਡੇ ਵਰਗੀ ਰੱਖੀਆਂ ਜੀ। ਉਹ ਫਿਰ ਉਹਨਾਂ ਨੇ ਹੱਸਿਆ ਨਹੀਂ, ਕਹਿੰਦਾ ਉਹ ਮੁੱਛਾਂ ਦਾ ਡਾਇਲੋਗ ਕਾਫੀ ਚੱਲਿਆ ਜੀ, ਮੈਨੂੰ ਐਪਰੀਸ਼ੀਏਟ ਕੀਤਾ। ਇਹ ਮੁੱਛਾਂ ਕਿਹਦੇ ਵਰਗੀਆਂ ਰੱਖੀਆਂ? ਇਹ ਉਦੋਂ ਥੋੜ੍ਹੇ ਥੋੜ੍ਹੇ ਘੱਟ ਸੀ, ਉਦੋਂ ਜੋਰਾ ਬਾਈ ਵਰਗੀਆਂ ਰੱਖੀਆਂ ਸੀ, ਅਤੇ ਹੁਣ ਵੱਧ ਗਈਆਂ, ਅਤੇ ਹੁਣ ਥੋੜ੍ਹਾ ਜਿਹਾ ਲੁੱਕ ਇੱਦਾਂ, ਮੈਂ ਪਹਿਲਾਂ ਵੈਬ ਸੀਰੀਜ਼ ਕੀਤੀ ਸੀ ਯਾਰ ਡਿਗਰੀ ਸੁੱਤੀ ਡਿਗਰੀ, ਉਹਦੇ ਵਿੱਚ ਇੱਦਾਂ ਦੀ ਲੁੱਕ ਸੀ। ਤੁਹਾਨੂੰ ਨਾਲ ਤਾਂ ਨਹੀਂ ਜੋੜ ਲਿਆ ਜੋਰਾ ਸੈਕਿੰਡ ਚੈਪਟਰ 'ਚ? ਜੋਰੇ ਨੇ ਕਿਹਾ ਹੋਣਾ ਕਿ ਇਹ ਮੁੰਡੇ ਨਾਲ ਆਉਂਦੇ ਆ, ਬਾਹਲਾ ਇਹਨਾਂ ਨੂੰ ਨਾਲ ਜੋੜ ਲਈਏ। ਹਾਂਜੀ, ਉਹੀ ਕਰੈਕਟਰ ਅੱਗੇ ਜਿਵੇਂ ਕਾਲਜ ਦੇ ਵਿੱਚ ਹੁੰਦਾ ਸੀ, ਅਤੇ ਉਹ ਉਸ ਤੋਂ ਇੰਸਪਾਇਰਡ ਹੋ ਕੇ ਲਾਈਕ ਉਹਨੂੰ ਰੋਲ ਮਾਡਲ ਮੰਨਦਾ ਉਹਦੀ ਐਕਟੀਵਿਟੀਜ਼ ਦੇ। ਪਰ ਤੁਹਾਨੂੰ ਲੱਗਦਾ ਕਿ ਇਹ ਸੱਚ ਹੈ ਕਿ ਜੋ ਫਿਲਮਾਂ 'ਚ ਦਿਖਾਇਆ ਜਾਂਦਾ ਹੈ, ਕਿ ਜਿਵੇਂ ਤੁਸੀਂ ਕਿਹਾ ਕਿ ਗੈਂਗਸਟਰ ਤੋਂ ਬੜੇ ਪ੍ਰਭਾਵਿਤ ਹੋ ਕੇ ਫੋਟੋਆਂ ਖਿਚਾਉਣ ਚਲੇ ਗਏ, ਆਮ ਮੁੰਡੇ ਇਸ ਤਰ੍ਹਾਂ ਕਰਦੇ ਆ ਸਾਡੇ? ਨਹੀਂ, ਮਤਲਬ ਹਰ ਇੱਕ ਤਰ੍ਹਾਂ ਦੀ ਆਡੀਅੰਸ ਹੈ, ਕਿਸੇ 'ਤੇ ਉਸ ਚੀਜ਼ ਦਾ ਇਫੈਕਟ ਪੈਂਦਾ, ਕਿਸੇ 'ਤੇ ਨਹੀਂ ਪੈਂਦਾ। ਉਹ ਤਾਂ ਗੇਨ ਕਰਨ ਦੀ ਇੱਕ ਬੰਦੇ ਦੀ ਜਿਹੜੀ ਮਤਲਬ ਦੇਖਣ ਦੀ ਇੱਕ ਨਜ਼ਰੀਆ ਹੁੰਦਾ ਹਰ ਇੱਕ ਚੀਜ਼ ਦਾ, ਪੋਜ਼ਿਟਿਵ ਨੈਗੇਟਿਵ ਹੁੰਦਾ ਜੀ, ਅਤੇ ਕਈ ਮਤਲਬ ਵਿਗੜੀ ਮੰਡੀਰ ਉਹਨੂੰ ਅਫੈਕਟ ਵੀ ਕਰਦੀ ਹੈ, ਉਹ 'ਤੇ ਅਸਰ ਪੈਂਦਾ ਵੀ ਹੈ, ਅਤੇ ਜਿਹੜੇ ਸਮਝਦਾਰ ਉਹਨਾਂ ਨੂੰ ਪਤਾ ਵੀ ਉਹ ਫਿਰ ਉਹ ਚੰਗਾ ਸੁਣਦੇ, ਚੰਗਾ ਦੇਖਦੇ ਨੇ, ਉਹਦਾ ਹਰ ਤਰ੍ਹਾਂ ਦੀ ਆਡੀਅੰਸ ਹੈ। ਸੋਨਪ੍ਰੀਤ, ਮੈਨ ਤੁਹਾਡੇ ਤੋਂ ਇਹ ਸਵਾਲ ਹੈ, ਤੁਹਾਨੂੰ ਕੀ ਲੱਗਦਾ ਕਿ ਜਿਹੜੇ ਸਾਡੇ ਗੈਂਗਸਟਰ ਨੇ ਉਹ ਇੰਨੇ ਗਲੋਰੀਫਾਈ ਕਿਉਂ ਹੋ ਗਏ ਪੰਜਾਬ ਦੇ? ਕੀ ਯੂਥ ਵਾਕਿਆ ਉਹਨਾਂ ਨੂੰ ਐਜ਼ ਅ ਹੀਰੋ ਦੇਖਦੀ ਹੈ? ਯੂਥ ਉਹਨਾਂ ਨੂੰ ਹੀਰੋ ਨਹੀਂ ਦੇਖਦਾ, ਬਟ ਉਹਨਾਂ ਦੀਆਂ ਜਿਹੜੀਆਂ ਪਹਿਲੀਆਂ ਗੱਲਾਂ ਨੇ ਵੀ ਉਹ ਗੈਂਗਸਟਰ ਕਿਉਂ ਬਣੇ, ਉਹ ਚੀਜ਼ਾਂ ਨਾ ਜਦੋਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਉਂਦੀਆਂ ਨੇ, ਫਿਰ ਇਮੋਸ਼ਨਲੀ ਆਮ ਲੋਕ ਉਹਨਾਂ ਨਾਲ ਜੁੜ ਜਾਂਦੇ ਆ। ਵੀ ਕੋਈ ਸਪੋਰਟਸਮੈਨ ਸੀ, ਕੋਈ ਵਧੀਆ ਫੁੱਟਬਾਲ ਦਾ ਖਿਡਾਰੀ ਸੀ, ਕੋਈ ਵਧੀਆ ਪੜ੍ਹਾਈ ਸੀ, ਲੇਕਿਨ ਬਾਅਦ ਵਿੱਚ ਉਹ ਗੈਂਗਸਟਰ ਕਿਉਂ ਬਣੇ? ਉਹਦਾ ਰੀਜ਼ਨ ਕਿਤੇ ਨਾ ਕਿਤੇ ਸਮਾਜ ਆ, ਕਿਤੇ ਨਾ ਕਿਤੇ ਸਿਸਟਮ ਆ। ਕਿਉਂਕਿ ਜਦੋਂ ਤੁਸੀਂ ਕਿਸੇ ਆਪਾਂ ਕਿਸੇ ਜ਼ਖਮ ਨੂੰ ਵਾਰ ਵਾਰ ਖਰੋਚੀਏ ਤਾਂ ਨਸੂਰ ਬਣ ਜਾਂਦਾ ਹੈ ਨਾ, ਉਹਨਾਂ ਅੰਦਰ ਕੋਈ ਪੀੜ ਤਾਂ ਹੋਊਗੀ, ਨਹੀਂ ਤਾਂ ਕਿਹਦਾ ਮਨ ਕਰਦਾ ਕਿ ਉਹ ਵਾਂਟਡ ਹੋ ਜਾਵੇ, ਅਤੇ ਉਹਨੂੰ ਇਹ ਡਰ ਰਹੇ ਵੀ ਮੇਰੇ ਗੋਲੀ ਲੱਗੂ। ਉਹਦੇ ਪੇਰੈਂਟਸ ਨੂੰ ਇਹ ਰਹੇ ਵੀ ਸਾਡਾ ਬੱਚਾ ਜਿਹਨੂੰ ਅਸੀਂ ਪਾਲ ਪੋਸ ਕੇ ਜਵਾਨ ਕੀਤਾ ਅਤੇ ਉਹ ਕਿਸੇ ਟਾਈਮ ਵੀ ਉਹਨੂੰ ਸ਼ੂਟ ਕੀਤਾ ਜਾ ਸਕਦਾ। ਪਰ ਇੱਕ ਆਮ ਕ੍ਰਿਮੀਨਲ ਤਾਂ ਭੱਜਦਾ ਹੈ ਜਦੋਂ ਕ੍ਰਾਈਮ ਕਰ ਲੈਂਦਾ ਹੈ, ਉਹ ਭੱਜਦਾ ਹੈ ਚੀਜ਼ਾਂ ਤੋਂ। ਗੈਂਗਸਟਰ ਤਾਂ ਜੇਲ੍ਹਾਂ 'ਚ ਵੀ ਬੈਠੇ ਨੇ ਤਾਂ ਉਹਨੂੰ ਗਲੋਰੀਫਾਈ ਕਰਦੇ ਆ, ਫੇਸਬੁੱਕਾਂ 'ਤੇ ਆਉਂਦੇ, ਜਿਵੇਂ ਇਹ ਗੱਲ ਕਰ ਰਹੇ ਸੀ ਕਿ ਅਸੀਂ ਫੋਟੋਆਂ ਖਿਚਾਉਣ ਉੱਥੇ ਚੱਲੇ। ਸੋਸ਼ਲ ਮੀਡੀਆ, ਕੁਝ ਸੋਸ਼ਲ ਮੀਡੀਆ 'ਤੇ ਕੁਝ ਚੀਜ਼ਾਂ ਜ਼ਿਆਦਾ ਗਲੋਰੀਫਾਈ ਹੋ ਜਾਂਦੀਆਂ ਨੇ, ਜਦਕਿ ਉਨੀਆਂ ਹੁੰਦੀਆਂ ਨਹੀਂ ਹੈਗੀਆਂ ਉਹ। ਹੁਣ ਜੇ ਆਪਾਂ ਗੈਂਗਸਟਰ ਫਿਲਮਾਂ ਦੇਖੀਏ, ਗੈਂਗਸਟਰ ਫਿਲਮਾਂ ਬਾਲੀਵੁੱਡ 'ਚ ਕਿੰਨੀਆਂ ਬਣਦੀਆਂ ਨੇ, ਹਾਲੀਵੁੱਡ 'ਚ ਕਿੰਨੀਆਂ ਬਣਦੀਆਂ ਨੇ। ਆਪਣਾ ਜਿਹੜਾ ਯੂਥ ਆ ਨੈੱਟਫਲਿਕਸ ਪ੍ਰਾਈਮ 'ਤੇ, ਉਹ ਉਹਨਾਂ ਫਿਲਮਾਂ ਨੂੰ ਦੇਖਦਾ ਆ, ਉਹ ਤਾਂ ਗੈਂਗਸਟਰ ਨਹੀਂ ਬਣਦੇ। ਕਿਉਂਕਿ ਹਰ ਫਿਲਮ ਕਹਿੰਦੇ ਹੁੰਦੇ ਆ ਵੀ ਜਿਹੜੀ ਫਿਲਮ ਦੀ ਹੁੰਦੀ ਆ ਐਂਡਿੰਗ ਹੁੰਦੀ ਆ ਨਾ, ਹਮੇਸ਼ਾ ਪੋਜ਼ਿਟਿਵ ਹੁੰਦੀ ਆ। ਕੋਈ ਫਿਲਮ ਚੱਕ ਲਓ, ਕੋਈ ਵੈਬ ਸੀਰੀਜ਼ ਚੱਕ ਲਓ, ਉਹ ਹਮੇਸ਼ਾ ਉਹਦੀ ਐਂਡਿੰਗ ਪੋਜ਼ਿਟਿਵ ਹੁੰਦੀ ਆ। ਜੇ ਉਹਦੀ ਐਂਡਿੰਗ ਪੋਜ਼ਿਟਿਵ ਨਾ ਹੋਵੇ, ਉਹ ਨਕਾਰ ਦਿੱਤੀ ਜਾਂਦੀ ਆ। ਮੇਰੇ ਖਿਆਲ 'ਚ ਬਹੁਤ ਥੋੜ੍ਹੀਆਂ ਫਿਲਮਾਂ ਹੋਣਗੀਆਂ, ਕੁਛ ਕੀ ਪਰਸੈਂਟ ਹੋਣਗੀਆਂ, ਜਿਹਨਾਂ ਵਿੱਚ ਨੈਗੇਟਿਵ ਐਂਡ ਸੀਗਾ, ਨਹੀਂ ਤਾਂ ਬਾਕੀ ਤਾਂ ਐਂਡ 'ਚ ਪੋਜ਼ਿਟਿਵ ਹੀ ਹੁੰਦੀਆਂ ਨੇ। ਉਹਦੇ ਵਿੱਚ ਕੀ ਕੀਤਾ ਜਾਂਦਾ ਕਿ ਸਾਰਾ ਕੁਝ ਦਿਖਾ ਕੇ ਐਂਡ 'ਚ ਇਹ ਕਨਕਲੂਜ਼ਨ ਕੱਢਿਆ ਜਾਂਦਾ ਕਿ ਕਿਉਂ ਹੋਇਆ, ਕਿਵੇਂ ਹੋਇਆ ਅਤੇ ਇਹਦੇ ਰਿਜ਼ਲਟ ਕੀ ਸੀ। ਚੋਪੜਾ ਸਾਹਿਬ, ਤੁਹਾਨੂੰ ਨਹੀਂ
ਨੌਜਵਾਨ ਪੀੜ੍ਹੀ ਨੂੰ ਗੈਂਗਸਟਰਾਂ ਵੱਲ ਲੈ ਕੇ ਜਾਊਗੀ? ਨਹੀਂ, ਐਸੀ ਕੋਈ ਗੱਲ ਨਹੀਂ ਜੀ ਉਹਦੇ 'ਚ। ਭਾਅ ਜੀ ਇੱਕ ਸਿਸਟਮ ਨਾਲ ਲੜਾਈ ਹੈ, ਜੇ ਸਿਸਟਮ ਵਧੀਆ ਹੋਏਗਾ ਤਾਂ ਆਪੇ ਸੁਧਾਰ ਹੋ ਜਾਏਗਾ ਜੀ ਉਹਦੇ 'ਚ। ਨਾਲੇ ਸਿਨੇਮਾ ਜਿਹੜਾ ਹੁੰਦਾ ਬਾਈ ਜੀ ਸਮਾਜ 'ਚੋਂ ਨਿਕਲਦਾ। ਮੈਂ ਕਿਤੇ ਇਹ ਪੜ੍ਹਿਆ ਸੀ ਵੀ ਜਿਹੜੀ ਸਭ ਤੋਂ ਪਹਿਲਾਂ ਜਿਹੜੀ ਕਹਾਣੀ ਹੁੰਦੀ ਆ ਸਮਾਜ 'ਚੋਂ ਨਿਕਲਦੀ ਆ, ਸਮਾਜ 'ਚੋਂ ਬਾਅਦ ਜੋ ਕਲਮਬੱਧ ਹੁੰਦੀ ਆ, ਕਲਮਬੱਧ ਹੋ ਕੇ ਫਿਰ ਉਹ ਕੈਮਰੇ 'ਚ ਆਉਂਦੀ ਆ, ਕੈਮਰੇ ਤੋਂ ਬਾਅਦ ਸਿਨੇਮੇ 'ਚ ਜਾਂਦੀ ਆ, ਸਿਨੇਮੇ 'ਚ ਜਾਣ ਤੋਂ ਬਾਅਦ ਉਹ ਫਿਰ ਸਮਾਜ 'ਚ ਚਲੀ ਜਾਂਦੀ ਆ। ਐਵੇਂ ਤਾਂ ਕਹਾਣੀਆਂ ਨਹੀਂ ਬਣਦੀਆਂ। ਹੁਣ ਬੋਲੀਵੁੱਡ 'ਚ ਆਪਾਂ ਰੀਅਲ ਸਟੋਰੀਆਂ ਅੱਜ ਕੱਲ੍ਹ ਬਣ ਰਹੀਆਂ ਨੇ, ਆਪਣੇ ਇੱਥੇ ਬਣ ਰਹੀਆਂ ਨੇ। ਤੁਹਾਨੂੰ ਸਿਨੇਮਾ ਸਿਨੇਮੇ ਵਿੱਚ ਆਪਾਂ ਉਹ ਚੀਜ਼ ਦਿਖਾਉਂਦੇ ਆ ਜਦੋਂ ਸਰਕਾਰਾਂ ਬੈਨ ਕਰਨ ਤੇ ਆ ਜਾਂਦੀਆਂ। ਉਹ ਤਾਂ ਹੁਣ ਤੱਕ ਸਰਕਾਰ ਦਾ ਤਾਂ ਬਣਦਾ ਨਹੀਂ ਨਾ ਬੈਨ ਕਰਨ ਦਾ। ਪਹਿਲਾਂ ਸਰਕਾਰ ਫਿਲਮ ਨੂੰ ਵਾਚ ਤਾਂ ਕਰੇ, ਸੈਂਸਰ ਨੇ ਵਾਚ ਕੀਤੀ, ਸੈਂਸਰ ਤੋਂ ਬਾਅਦ ਜੇ ਸਰਕਾਰ ਨੂੰ ਲੱਗਦਾ ਵੀ ਇਹਦੇ ਨਾਲ ਕੁਛ ਪ੍ਰੋਬਲਮ ਆ ਸਕਦੀ ਆ, ਆਪਦੀ ਇੱਕ ਕਮੇਟੀ ਬਣਾਵੇ, ਕਮੇਟੀ ਫਿਲਮ ਵਾਚ ਕਰੇ। ਹਾਂ, ਜੇ ਉਹਨਾਂ ਨੂੰ ਲੱਗਦਾ ਕਿ ਇਹ ਚੀਜ਼ਾਂ ਸਮਾਜ ਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ, ਉਹਨਾਂ ਨੂੰ ਕੱਟ ਕਰੇ, ਫਿਲਮ ਤਾਂ ਕੱਟ ਹੋ ਕੇ ਬਣ ਜਾਂਦੀ ਆ। ਜੋਰਾ ਵਰਗੀ ਫਿਲਮ ਕਿਉਂ ਦੇਖਣ ਜਾਊਗਾ ਕੋਈ? ਜੋਰਾ ਕਿਉਂ ਦੇਖਣ ਜਾਣਗੇ ਲੋਕ? ਇਹ ਦੇਖ ਕੇ ਪਤਾ ਲੱਗੇਗਾ ਜੀ। ਪਰ ਇਹ ਸਵਾਲ ਤਾਂ ਹੀ ਹੈ ਨਾ ਚੋਪੜਾ ਸਾਹਿਬ। ਜੋਰਾ ਜੋਰਾ ਜਦੋਂ ਪਹਿਲੀ ਫਿਲਮ ਜੋਰਾ ਆਈ ਸੀ ਨਾ, ਜੋਰਾ ਪਹਿਲੀ ਫਿਲਮ ਸਿਨੇਮਿਆਂ ਦੇ ਵਿੱਚ ਨਹੀਂ ਚੱਲੀ ਸੀ। ਇਹ ਚੀਜ਼ ਉਹਦੇ ਪ੍ਰੋਡਿਊਸਰ ਡਾਇਰੈਕਟਰ ਸਾਰੇ ਅਕਸੈਪਟ ਕਰਦੇ ਆ ਵੀ ਉਹ ਫਿਲਮ ਨੇ ਕਮਾਲ ਨਹੀਂ ਕੀਤਾ ਸਿਨੇਮਿਆਂ 'ਚ, ਅਤੇ ਬਾਕਸ ਆਫਿਸ 'ਤੇ ਉਹਦੀ ਬਾਕਸ ਆਫਿਸ 'ਤੇ ਉਹਦੀ ਕਲੈਕਸ਼ਨ ਬਹੁਤ ਹੀ ਜ਼ਿਆਦਾ ਵਧੀਆ ਨਹੀਂ ਸੀ। ਓਰੀਜਨ ਸੀ ਸਰ? ਨਹੀਂ, ਮੈਂ ਤਾਂ ਦੱਸਦਾ ਨਹੀਂ, ਛੱਡੋ ਓਰੀਜਨ ਆਪਾਂ ਜੀ, ਆਪਾਂ ਇਹ ਗੱਲ ਕਰਦੇ ਹਾਂ ਵੀ ਜਦੋਂ ਉਹ ਫਿਲਮ ਲੋਕਾਂ ਤੱਕ ਪਹੁੰਚੀ, ਨੈੱਟਫਲਿਕਸ 'ਤੇ ਆਈ, ਟੀਵੀ 'ਤੇ ਆਈ, ਅਤੇ ਉਹ ਇੰਨੀ ਐਪਰੀਸ਼ੀਏਟ ਹੋਈ ਅਤੇ ਇਕੱਲੇ ਇਕੱਲੇ ਬੰਦੇ ਨੇ ਫਿਲਮ ਦੇਖੀ ਹੋਈ ਆ। ਰੀਜ਼ਨ, ਉਹ ਫਿਲਮ ਅੱਛੀ ਬਣੀ ਸੀ। ਜੋਰਾ ਆਪਾਂ ਨੂੰ ਗੈਂਗਸਟਰ ਕਹਿੰਦੇ ਆ, ਆਪਾਂ ਕਿਤੇ ਉਹਨੂੰ ਯੂਜ਼ ਨਹੀਂ ਕੀਤਾ ਟਾਈਟਲ ਗੈਂਗਸਟਰ, ਨਾ ਆਪਾਂ ਫਿਲਮ 'ਚ ਕਹਿ ਰਹੇ ਵੀ ਗੈਂਗਸਟਰ। ਉਹ ਬਚਪਨ ਤੋਂ ਹੀ ਕਿੰਨਾ ਦਰਦ ਸਹਿ ਸਹਿ ਕੇ ਸਿਸਟਮ ਦੇ ਖਿਲਾਫ ਖੜਾ ਹੁੰਦਾ, ਵੀ ਉਹ ਕਿਉਂ ਬਣਿਆ, ਉਹ ਉਹਨੂੰ ਲੱਗਦਾ ਵੀ ਪਹਿਲਾਂ ਉਹਦਾ ਫਾਦਰ ਉਹਨੂੰ ਤੰਗ ਕਰਦਾ, ਉਹਦੀ ਮਾਂ ਤੰਗ ਕਰਦਾ, ਉਸ ਤੋਂ ਬਾਅਦ ਫਿਰ ਉਹ ਅੱਗੇ ਵੱਧਦਾ ਵੱਧਦਾ ਕਿ ਉਹ ਸਮਾਜ ਦੇ ਉਹਨਾਂ ਲੋਕਾਂ 'ਚ ਵੜ ਜਾਂਦਾ ਜਿਨ੍ਹਾਂ ਨੂੰ ਤੁਸੀਂ ਗੁੰਡੇ ਕਹਿ ਸਕਦੇ ਹੋ, ਜਾਂ ਜਿਨ੍ਹਾਂ ਨੂੰ ਤੁਸੀਂ ਸਰਮਾਏਦਾਰ ਕਹਿ ਸਕਦੇ ਹੋ, ਠੇਕੇਦਾਰ ਕਹਿ ਸਕਦੇ ਹੋ। ਪਰ ਕੀ ਤੁਹਾਨੂੰ ਲੱਗਦਾ ਐਮ ਬੀ, ਤੁਹਾਨੂੰ ਲੱਗਦਾ ਕਿ ਪੰਜਾਬ ਦੀ ਧਰਤੀ ਗੈਂਗਸਟਰ ਪੈਦਾ ਕਰ ਰਹੀ ਹੈ? ਨਹੀਂ, ਕਿਉਂਕਿ ਜਿਵੇਂ ਆਪਾਂ ਫਿਲਮਾਂ ਦੀ ਗੱਲ ਕਰੀਏ, ਪਹਿਲਾਂ ਤੁਸੀਂ ਸੈਂਸਰ ਬੋਰਡ ਦੀ ਗੱਲ ਕਰੀਏ ਵੀ ਇੱਦਾਂ ਫਿਲਮਾਂ ਬੈਨ ਹੋ ਰਹੀਆਂ ਨੇ, ਜਿਵੇਂ ਪਹਿਲਾਂ ਫਿਲਮ ਬਣਦੀ ਹੈ ਫਿਰ ਉਸ ਤੋਂ ਬਾਅਦ ਦੇਖਦੇ ਨੇ ਸੈਂਸਰ ਬੋਰਡ ਤੱਕ ਪਹੁੰਚਦੀ ਹੈ, ਅਤੇ ਉਦੋਂ ਬਾਅਦ ਉਹ ਬੈਨ ਕਰਨਾ ਜਾਂ ਕੁਛ ਐਂ, ਵੀ ਮੈਨੂੰ ਇਹ ਲੱਗਦਾ ਵੀ ਪਹਿਲਾਂ ਸਕ੍ਰਿਪਟ ਪਾਸ ਹੋਣੀ ਚਾਹੀਦੀ ਹੈ, ਵੀ ਜਦੋਂ ਸਕ੍ਰਿਪਟ ਸੈਂਸਰ ਬੋਰਡ ਕੋਲ ਜਾਵੇ ਪਹਿਲਾਂ ਸਕ੍ਰਿਪਟ ਦੇਖੋ, ਜਦੋਂ ਤੁਸੀਂ ਬਾਅਦ 'ਚ ਹੁਣ ਫਿਲਮ ਬਣਾ ਦਿੱਤੀ, ਪ੍ਰੋਡਿਊਸਰ ਨੇ ਖਰਚਾ ਕਰਤਾ, ਹੋਰ ਆਰਟਿਸਟ ਸਾਰਾ ਇੰਨਾ ਕੰਮ ਹੋਇਆ, ਤਾਮ ਜਾਮ ਸਾਰਾ ਪੈਸਾ ਲੱਗਿਆ, ਵੇਸਟ ਗਿਆ। ਉਹ ਚੀਜ਼ਾਂ ਮੈਨੂੰ ਕੱਲ੍ਹ ਹੀ ਅਪਰੋਚ ਕਰ ਰਿਹਾ ਸੀ ਕੋਈ ਕਿ ਇੱਕ ਵਾਰੀ ਸ਼ੂਟਰ ਦੇ ਪ੍ਰੋਡਿਊਸਰਾਂ ਦਾ ਪੱਖ ਲੈਣਾ ਚਾਹੀਦਾ, ਵਿਚਾਰੇ ਉਹ ਕੀ ਸੋਚਦੇ ਆ ਕਿ ਜਿਨ੍ਹਾਂ ਨੇ ਇੰਨਾ ਪੈਸਾ ਲਾਇਆ ਹੋਣਾ ਹੈ ਔਰ ਫਿਲਮ ਬਿਲਕੁਲ ਬੰਦ ਹੋ ਗਈ ਤਾਂ ਉਹ ਕਰਨਗੇ ਕੀ? ਹੁਣ ਸਰਕਾਰ ਨੇ ਸੁਣਿਆ ਹੀ ਨਹੀਂ ਉਹਨਾਂ ਨੂੰ, ਸਰਕਾਰ ਉਹਦੀ ਸਕ੍ਰੀਨਿੰਗ ਕਰਦੀ, ਦੇਖਦੀ ਕੋਈ ਕਮੀ ਪੇਸ਼ੀ ਹੈ ਉਹ ਸੀਨ ਕਟਵਾ ਦਿੰਦੀ ਜਿਹੜੇ ਨਹੀਂ ਜਾਏ ਸੀਗੇ। ਹਾਂ, ਕੋਈ ਗੱਲ ਨਹੀਂ, ਉਹ ਸੈਂਸਰ ਨੇ ਵੀ ਤਾਂ ਕਟਵਾਉਂਦੀ ਹੈ ਜੀ, ਸੈਂਸਰ ਕਟਾਉਂਦਾ, ਫਿਰ ਸੈਂਸਰ ਕੋਲ ਜਾਂਦਾ ਕੀ ਫਾਇਦਾ, ਫਿਰ ਆਪਾਂ ਸਰਕਾਰ ਕੋਲ ਹੀ ਚਲੇ ਜੀ। ਸਰਕਾਰ ਕਮੇਟੀ ਬਣਾਵੇ ਨਾ, ਤੁਸੀਂ ਜਿਵੇਂ ਵੈਬ ਸੀਰੀਜ਼ ਕੀਤੀ, ਤੁਸੀਂ ਵੈਬ ਸੀਰੀਜ਼ ਕੀਤੀ, ਉਹਦੇ 'ਚ ਵੀ ਕੁਛ ਐਸਾ ਕਾਲਜ ਦਾ ਦਿਖਾਇਆ ਗਿਆ, ਜਿਵੇਂ ਇੱਕ ਆਮ ਸਾਡੀਆਂ ਫਿਲਮਾਂ 'ਚ ਹੁਣ ਇਹ ਦਿਖਾਇਆ ਜਾਂਦਾ ਕਿ ਇੱਕ ਅੱਧਾ ਕਿਰਦਾਰ ਇਹ ਜ਼ਰੂਰ ਹੁੰਦਾ ਜਿਹੜਾ ਫੀਮ ਖਾਂਦਾ ਹੋਵੇ, ਤੁਸੀਂ ਵੈਬ ਸੀਰੀਜ਼ 'ਚ ਵੀ ਇਹ ਚੀਜ਼ ਦਿਖਾਈ ਹੈ, ਇਸ ਤਰ੍ਹਾਂ ਕਿਉਂ ਹੁੰਦਾ, ਇਹ ਕਿਉਂ ਜ਼ਰੂਰੀ ਹੋ ਗਿਆ ਕਿ ਇਹ ਚੀਜ਼ ਦਿਖਾਉਣੀ ਦਿਖਾਉਣੀ ਹੈ? ਮਤਲਬ ਕਾਲਜ ਦੇ ਸਾਡੀ ਜਿਹੜੀ ਵੈਬ ਸੀਰੀਜ਼, ਮਤਲਬ ਕਾਲਜ ਦੇ ਆਪਾਂ ਕਰੀ, ਉਸ ਜਿਹੜੀ ਰੀਅਲ ਲਾਈਫ ਹੈਗੀ ਅੱਜ ਕੱਲ੍ਹ ਉਸ ਨੂੰ ਜਿਹੜੀ ਹੈਗੀ ਹੈ ਉਹ ਪ੍ਰੈਜ਼ੈਂਟ ਕਰਦੀ ਹੈ ਸਾਰੀ, ਉਹਦੇ ਵਿੱਚ ਹਰ ਮਤਲਬ ਛੇ ਜਿਵੇਂ ਸਟਾਰ ਕਾਸਟ ਦੇ ਵਿੱਚ ਛੇ ਕਰੈਕਟਰ ਸੀ, ਛੇ ਦੇ ਛੇ ਅਲੱਗ ਸੀ, ਇੱਕ ਕਾਮੇਡੀਅਨ ਸੀ, ਇੱਕ ਜ਼ਿਆਦਾ ਪੜ੍ਹਨ ਵਾਲਾ ਸੀ, ਇੱਕ ਆਸ਼ਕ ਸੀ, ਕਮਰਸ਼ੀਅਲ ਐਸਪੈਕਟ ਦੇਖ ਲਿਆ। ਹਾਂਜੀ, ਪਰ ਉਹਦਾ ਅਸਰ ਇਹ ਵੀ ਤਾਂ ਹੋਇਆ ਕਿ ਕਿਉਂਕਿ ਮੇਰੇ ਦੋ ਤਿੰਨ ਫਿਲਮਾਂ ਜ਼ਹਿਨ 'ਚ ਆ ਰਹੀਆਂ ਜਿਨ੍ਹਾਂ 'ਚ ਇੱਕ ਅੱਧਾ ਫੀਮ ਖਾਣ ਵਾਲਾ ਕਾਲਜ ਦਾ ਜ਼ਰੂਰ ਹੈ ਜਾਂ ਯੂਨੀਵਰਸਿਟੀ ਦਾ ਜ਼ਰੂਰ ਹੈ। ਬੱਬੂ ਮਾਨ ਦੀ ਇੱਕ ਫਿਲਮ ਆਈ ਸੀ, ਉਹਦੇ 'ਚ ਵੀ ਇਹ ਦਿਖਾਇਆ, ਇੱਕ ਜਿਮੀ ਸ਼ੇਰਗਿੱਲ ਦੀ ਫਿਲਮ ਆਈ ਸੀ, ਉਹਦੇ 'ਚ ਵੀ ਇੱਕ ਬੰਦਾ ਫੀਮ ਖਾਂਦਾ। ਸਿਕੰਦਰ ਫਿਲਮ ਮੇਰੇ ਯਾਦ ਆ ਰਹੀ ਹੈ, ਉਹ ਤਾਂ ਡੱਬੀ ਨਾਲ ਹੀ ਰੱਖਦੇ ਆ ਹਰੇਕ ਸੀਨ ਦੇ ਵਿੱਚ। ਰੀਅਲ ਲਾਈਫ 'ਚ ਵੀ ਖਾਂਦੇ ਆ ਨਾ, ਉਹ ਰਿਐਲਿਟੀ ਆ, ਉਹ ਤਾਂ ਹੈਗੀ ਆ, ਰੀਅਲ ਲਾਈਫ ਵੀ ਖਾਂਦੇ ਆ ਨਾ। ਰੀਅਲ ਲਾਈਫ ਤੁਸੀਂ ਜੇ ਕਾਲਜ ਚਲੇ ਜਾਓ, ਫੀਮ ਤਾਂ ਬੜੀ ਛੋਟੀ ਚੀਜ਼ ਆ, ਕਾਲਜ 'ਚ ਬਹੁਤ ਕੁਛ ਹੁੰਦਾ ਆ, ਬਹੁਤ ਕੁਛ ਹੈ ਜੀ। ਹੁਣ ਜੇ ਤੁਸੀਂ ਕੋਈ ਚੀਜ਼ ਇਹੋ ਜੀ, ਸਿਨੇਮਾ ਸਮਾਜ ਦੇ ਰੂਪ ਆ ਦੂਜਾ, ਹੁਣ ਆਪਾਂ ਝੂਠ ਤਾਂ ਨਹੀਂ ਦਿਖਾ ਸਕਦੇ, ਆਪਾਂ ਸਾਫ਼ ਸਾਫ਼ ਤਾਂ ਦਿਖਾ ਸਕਦੇ ਸਾਰਾ ਕੁਝ ਵੀ। ਹਾਂ, ਕਾਲਜ 'ਚ ਸਾਰੇ ਨੀਟ ਐਂਡ ਕਲੀਨ ਨੇ, ਸਾਰੇ ਸਟੂਡੈਂਟ ਪੜ੍ਹਨ ਵਾਲੇ ਨੇ, ਅਤੇ ਸਾਰੇ 95% ਲੱਗੇ ਪਾਸ ਹੋ ਰਹੇ ਨੇ, ਜਦ ਕਿ 70% ਜਾਂ 80% ਇਹੋ ਜਿਹੇ ਨੇ ਜਿਹੜੇ 33% ਤੇ ਪਾਸ ਹੁੰਦੇ ਨੇ ਠੀਕ ਹੈ, ਫਿਰ ਆਪਾਂ ਝੂਠ ਕਿਉਂ ਦਿਖਾਈਏ? ਉਹਦਾ ਤਾਂ ਜਮਾਂ ਹੀ ਆਪਾਂ ਆਪਣਾ ਗਲਤ ਹੋ ਗਿਆ ਨਾ। ਤੁਹਾਨੂੰ ਲੱਗਦਾ ਕਿ ਇਹ ਚੀਜ਼ਾਂ ਸਰਕਾਰਾਂ ਨੂੰ ਵੀ ਬਰਦਾਸ਼ਤ ਕਰਨੀਆਂ ਚਾਹੀਦੀਆਂ ਕਿ ਇਹ ਸ਼ੀਸ਼ਾ ਹੈ, ਤੁਸੀਂ ਸ਼ੀਸ਼ਾ ਰੱਖਿਆ ਤਾਂ ਜੋ ਸਾਹਮਣੇ ਹੈ ਉਹੀ ਸ਼ੀਸ਼ਾ ਹੀ ਦੱਸਣਾ ਹੈ। ਸੌਰੀ ਟੂ ਸੇ, ਮੈਂ ਇੱਕ ਹੀ ਗੱਲ ਕਹੂੰਗਾ, ਸਰਕਾਰ ਨੂੰ ਲੋਕਾਂ 'ਚ ਤਾਂ ਦੇਖਦਾ ਵੀ
ਉਹ ਗਲਤ ਫੈਲਾ ਰਹੇ ਨੇ, ਉਹ ਚੀਜ਼ ਦਿਖਾ ਰਹੇ ਨੇ ਜਿਹੜੀ ਆਮ ਯੂਥ ਦੇ ਉੱਤੇ ਗਲਤ ਅਸਰ ਪਾਉਂਦੀ ਆ, ਤੇ ਸਰਕਾਰ ਦੀਆਂ ਜਿਹੜੀਆਂ ਗਲਤੀਆਂ ਨੇ ਉਹ ਕਿੱਥੇ ਕਿੱਥੇ ਅਸਰ ਪਾਉਂਦੀਆਂ ਨੇ ਆਪ ਆਪਦੀਆਂ ਕੱਛ 'ਚ, ਦੂਜੇ ਦੀਆਂ ਹੱਥ 'ਚ। ਵਾਹਿ ਬਿਲਕੁਲ। ਹੁਣ ਬਜਟ ਪਾਸ ਹੋਇਆ 100 ਕਰੋੜ ਰੁਪਇਆ, ਮੈਂ ਦੇਖਿਆ 100 ਕਰੋੜ ਰੁਪਇਆ ਮੋਬਾਈਲਾਂ ਲਈ ਰੱਖ ਲਿਆ ਉਹਨਾਂ ਨੇ, ਵੀ 100 ਮੋਬਾਈਲ ਤਾਂ ਹਰ ਬੰਦੇ ਕੋਲ ਆ। ਪਰ ਮੈਂ ਇਹ ਦੇਖਿਆ ਕਿ ਜਿੰਨੇ ਜੋਰਾਂ ਦੇ ਕਿਰਦਾਰ ਨੇ, ਐਕਟਰਸ ਨੇ, ਉਹ ਐਸਟੈਬਲਿਸ਼ਮੈਂਟ ਨੂੰ ਚੈਲੰਜ ਕਰ ਰਹੇ ਇਸ ਗੱਲ ਤੇ ਕਿ ਤੁਸੀਂ ਫਿਲਮਾਂ ਬੈਨ ਕਿਉਂ ਕਰ ਰਹੇ ਹੋ। ਫਿਲਮ ਜਿਹੜੀ ਮਰਜ਼ੀ ਹੋਵੇ ਭਾਜੀ, ਫਿਲਮ ਬੈਨ ਕਰਨ ਦਾ ਜਿਹੜਾ ਹੱਕ ਉਹ ਸੈਂਸਰ ਨੂੰ ਆ। ਜੇ ਤੁਹਾਨੂੰ ਲੱਗਦਾ ਕਿ ਉਹ ਚੀਜ਼ ਦੇ ਵਿੱਚ ਗਲਤੀ ਹੈ ਤਾਂ ਸਰਕਾਰ ਆਪਦੀ ਕਮੇਟੀ ਨੂੰ ਬਿਠਾ ਕੇ ਉਹ ਫਿਲਮ ਦੇਖੇ, ਤੁਹਾਨੂੰ ਲੱਗਦਾ ਕਿ ਉਹ ਚੀਜ਼ ਨਹੀਂ ਸੂਟੇਬਲ ਹੈਗੀ, ਉਹਨੂੰ ਕੱਟ ਕਰ ਲਵੇ, ਵੀ ਉਹਨਾਂ ਡਿਸਕਸ ਕਰਕੇ ਕੱਟ ਹੋ ਸਕਦੀ ਆ। ਬਟ ਤੁਸੀਂ ਜਿਹੜੀ ਇੰਨੀ ਇੱਕ ਫਿਲਮ ਬਣਾਉਣ ਲਈ 150-200 ਬੰਦਾ ਲੱਗ ਜਾਂਦਾ, ਉਹ ਸਭ ਨੂੰ ਪੈਸਾ ਜਾਂਦਾ, ਇੰਪਲੋਇਮੈਂਟ ਆ। ਜਦੋਂ ਫਿਲਮ ਬੰਦ ਹੋ ਜਾਂਦੀ ਆ, ਪ੍ਰੋਡਿਊਸਰ ਦਾ ਸਾਰਾ ਪੈਸਾ ਖਤਮ। ਨੈਕਸਟ ਅਗਲੀ ਵਾਰ ਕਈ ਪ੍ਰੋਡਿਊਸਰ ਆ ਜਿਹਨੇ ਜਿਹੜੀ ਫਿਲਮ ਬਣਾਉਣ ਦੀ ਸੋਚ ਰਹੇ ਹੁੰਦੇ ਨੇ, ਉਹ ਉੱਥੇ ਕੁਇਟ ਕਰਨ ਦੇ, ਛੱਡੋ ਆਪਾਂ ਕਿਉਂ ਫਿਲਮ ਬਣਾਉਣੀ ਆ। ਇੰਪਲੋਇਮੈਂਟ ਤਾਂ ਖਤਮ ਹੋ ਰਹੀ ਆ ਨਾ, ਸਰਕਾਰ ਨੇ ਇੰਪਲੋਇਮੈਂਟ ਵੈਸੇ ਤਾਂ ਕੀ ਪੈਦਾ ਕਰਨੀ, ਜਿਹੜੀ ਚੱਲ ਰਹੀ ਆ ਉਹਨੂੰ ਵੀ ਬੰਦ ਕਰ ਰਹੀ ਆ। ਸਹਿਮਤ ਹੋ ਤੁਸੀਂ? ਹਾਂਜੀ, ਫਿਲਮ ਐਸੋਸੀਏਸ਼ਨ ਜਾਂ ਪ੍ਰੋਡਿਊਸਰ ਨੂੰ ਕੋਈ ਸਰਕਾਰ ਦੀ ਤਰਫੋਂ ਸਹਾਇਤਾ ਤਾਂ ਹੈ ਹੀ ਨਹੀਂ। ਸਰ ਉਲਟਾ ਵਿਚਾਰਾ ਪੈਸੇ ਲਾ ਰਿਹਾ, ਬਿਜ਼ਨਸ ਹੀ ਇਹ ਕਹਿੰਦਾ ਕੋਈ ਗੱਲ ਨਹੀਂ, ਜੇ ਫਿਲਮ ਬਣਾ ਰਿਹਾ ਇੱਕ ਤਾਂ ਸ਼ੀਸ਼ਾ ਦਿਖਾਏਗਾ, ਉਲਟਾ ਉਹਨੂੰ ਸਰਕਾਰ ਤੰਗ ਕਰਦੀ ਹੈ। ਇੱਕ ਪ੍ਰੋਡਿਊਸਰ ਪਰਸੋਂ ਮੈਨੂੰ ਕਾਲ ਕੀਤਾ ਸ਼ਾਮ ਨੂੰ, ਕਹਿੰਦਾ ਯਾਰ ਕਿ 6 ਸਾਲ ਹੋ ਗਏ ਮੇਰੀ ਫਿਲਮ ਬਣੀ ਪਈ ਹੈ, ਹੁਣ ਇਸ ਦੌਰ ਦੇ ਵਿੱਚ ਤਾਂ ਉਹ ਵੈਸੇ ਹੀ ਦਿਖਾ ਕੇ ਕੋਈ ਫਾਇਦਾ ਨਹੀਂ ਹੋਣਾ, ਕਿਉਂਕਿ ਸਾਰਾ ਕੁਝ ਪੁਰਾਣਾ ਹੋ ਗਿਆ। ਵੀ ਮੈਂ ਅਖੀਰ ਸੋਚ ਰਿਹਾ ਹੁਣ ਯੂਟਿਊਬ ਤੇ ਪਾ ਦਿਆਂ, ਹੋਰ ਹੱਲ ਕੋਈ ਨਹੀਂ ਰਹਿ ਗਿਆ। ਲਾਸਟ ਤਾਂ ਯੂਟਿਊਬ ਤੇ ਪੈਣੀ ਫਿਲਮ, ਯੂਟਿਊਬ ਤੇ ਪੈਣੀ ਹੈ ਅਖੀਰ, ਉਹ ਵੀ ਸਭ ਨੇ ਦੇਖ ਲੈਣੀ ਆ। ਸਾਡੀ ਜੋਰਾ ਭਾਵੇਂ ਸਿਨੇਮਾ ਨਹੀਂ ਦੇਖੀ, ਬਟ ਹਰ ਬੰਦੇ ਨੇ ਕਿਉਂ ਦੇਖੀ? ਨੈਟਫਲਿਕਸ ਤੇ ਦੇਖੀ ਗਈ, ਔਰ ਟੀਵੀ ਦੇਖਣ ਦਾ ਰੀਜ਼ਨ ਇਹ ਸੀ ਵੀ ਵਧੀਆ ਕੰਸੈਪਟ ਸੀ, ਅੱਛਾ ਕੰਟੈਂਟ ਸੀ, ਤੇ ਲੋਕਾਂ ਨੂੰ ਡਾਇਲੌਗ ਤੱਕ ਯਾਦ। ਮੇਰੇ ਯਾਦ ਹੈ ਅੰਦਾਜ਼ ਆਪਣਾ ਆਪਣਾ ਬੜੀ ਪੁਰਾਣੀ, 30 ਸਾਲ ਪੁਰਾਣੀ ਇੱਕ ਫਿਲਮ ਹੈ, ਸੁਪਰ ਫਲੌਪ ਫਿਲਮ ਸੀ ਉਹ ਸਿਨੇਮਾ ਦੇ ਵਿੱਚ, ਔਰ ਉਹ ਅੱਜ ਦੀਆਂ, ਅੱਜ ਹਿਸਟਰੀ 'ਚ ਜੇ ਬਾਲੀਵੁੱਡ ਦੀਆਂ ਕੋਈ 50 ਚੰਗੀਆਂ ਫਿਲਮਾਂ ਚੱਕੋਗੇ ਉਹਦਾ ਨਾਮ ਆ ਜੂਗਾ। ਇੰਨੀ ਫਿਲਮ ਦੇਖੀ ਗਈ ਉਹ ਕਿ ਕਈ ਵਾਰੀ, ਲੇਕਿਨ ਪ੍ਰੋਡਿਊਸਰ ਨਾਲ ਤਾਂ ਧੱਕਾ ਇਹ, ਪ੍ਰੋਡਿਊਸਰ ਸਰਵਾਈਵ ਨਹੀਂ ਕਰ ਰਿਹਾ ਪੰਜਾਬ 'ਚ, ਇਹ ਬਹੁਤ ਵੱਡੀ ਗੱਲ ਹੈ। ਸਰਵਾਈਵ ਜੇ ਕਰ ਰਿਹਾ ਤਾਂ ਉਹਨੂੰ ਕਰ ਨਹੀਂ ਦਿੱਤਾ ਜਾ ਰਿਹਾ। ਦੇਖੋ ਜੀ, ਸਿੱਕੇ ਦੋਨੇ ਦੋ ਪਹਿਲੂ ਹੁੰਦੇ ਨੇ, ਤੁਸੀਂ ਇੱਕ ਬੰਦੇ ਨੂੰ ਮਾੜਾ ਨਹੀਂ ਕਹਿ ਸਕਦੇ, ਜੇ ਉਹ ਜੇ ਤੁਸੀਂ ਉਹਨੂੰ ਜ਼ਿਆਦਾ ਮਾੜਾ ਕਹਿ ਰਹੇ ਹੋ, ਤੁਸੀਂ ਵੀ ਮਾੜੇ ਹੋ ਨਾ, ਬੁਰਾਈਆਂ ਤੁਹਾਡੇ 'ਚ ਵੀ ਹੋਣਗੀ। ਬਿਲਕੁਲ। ਆਖਿਰ ਦੇ ਵਿੱਚ ਮੈਂ ਚਾਹੁੰਦਾ ਕਿ ਤੁਸੀਂ ਤਿੰਨੋਂ ਇੱਕ ਇੱਕ ਕਰਕੇ ਪਲੀਜ਼ ਇਹ ਜ਼ਰੂਰ ਅਪੀਲ ਕਰੋ ਕਿ ਫਿਲਮ ਕਦੋਂ ਆ ਰਹੀ ਹੈ ਔਰ ਕਿਉਂ ਦੇਖਣ ਜਾਣ, ਤੁਹਾਡੇ ਹਿਸਾਬ ਨਾਲ ਫਿਲਮ MB ਕਿਉਂ ਦੇਖੀ ਜਾਵੇ? ਬਿਕੋਜ਼ ਮੈਂ ਇਹ ਕਹਿ ਰਿਹਾ ਵੀ 6 ਮਾਰਚ ਨੂੰ ਜਿਹੜੀ ਸਾਡੀ ਮੂਵੀ ਜੋਰਾ ਦਾ ਸੈਕੰਡ ਚੈਪਟਰ ਰਿਲੀਜ਼ ਹੋ ਰਹੀ ਹੈ, ਫਿਲਮ ਇਸ ਕਰਕੇ ਦੇਖਣ ਜਾ ਰਹੇ ਨੇ ਕਿਉਂਕਿ ਤੁਸੀਂ ਹੈਗੇ ਹੋ ਵਿੱਚ, ਕਿਉਂਕਿ ਮੈਂ ਵੀ ਆ ਤੇ ਮੈਨੂੰ ਪਿਆਰ ਕਰਨ ਵਾਲੇ ਵੀ ਉਹ ਤਾਂ ਜ਼ਰੂਰ ਜਾਣਗੇ ਦੇਖਣ, ਤੇ ਕਿਉਂਕਿ ਇਹ ਇੰਟਲੈਕਚੁਅਲ ਸਿਨੇਮਾ, ਕੁਛ ਤਾਂ ਚੇਂਜਸ ਹੈਗੇ ਨੇ, ਉਹ ਲੱਡੂ ਬਰਫੀਆਂ ਜਲੇਬੀਆਂ ਤੋਂ ਬਾਹਰ ਨਿਕਲ ਕੇ ਥੋੜਾ ਜਿਹਾ ਅਸੀਂ ਸਿਨੇਮਾ ਦੇਖੀਏ, ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੇ ਜੇ ਅਸੀਂ ਸਾਊਥ ਵਾਲੀਆਂ ਫਿਲਮਾਂ, ਮਤਲਬ ਉਹ ਜਿਵੇਂ ਸਿਨੇਮਾ ਗਰੋ ਕਰ ਰਿਹਾ, ਅਸੀਂ ਕੋਸ਼ਿਸ਼ ਕੀਤੀ ਹੈ ਵੀ ਆਪਾਂ ਵੀ ਬਾਲੀਵੁੱਡ ਨੂੰ ਕਿਤੇ ਨਾ ਕਿਤੇ ਚੇਂਜਸ ਥੋੜਾ ਬਹੁਤ ਹੈ, ਸਾਡੇ ਸਿਨੇਮਾ 'ਚ ਪੋਟੈਂਸ਼ੀਅਲ ਉਹਨਾਂ ਗਰੋ ਕਰ। ਬਿਲਕੁਲ ਹੈ ਭਾਜੀ। ਤੁਸੀਂ ਅੱਜ ਆਪਾਂ ਬੈਠੇ ਡਿਸਕਸ ਕਰ ਰਹੇ, ਤੁਸੀਂ ਸਿਕੰਦਰ ਫਿਲਮ ਦੀ ਗੱਲ ਕੀਤੀ, ਤੁਹਾਡੇ ਜ਼ਿਹਨ 'ਚ ਆ ਸਿਨੇਮਾ ਵਧੀਆ ਬਣਿਆ ਹੋਇਆ ਨਾ, ਅਤੇ ਤੁਹਾਨੂੰ ਯਾਦ ਆ, ਤੁਸੀਂ ਹੋਰ ਕੋਈ ਫਿਲਮ ਦੀ ਗੱਲ ਨਹੀਂ ਕੀਤੀ, ਫਿਲਮਾਂ ਤਾਂ ਹਰ ਸਾਲ ਕਿੰਨੀਆਂ ਬਣਦੀਆਂ ਨੇ। ਜੋਰਾ ਦੀ ਗੱਲ ਕਰਦੇ ਹਾਂ, ਜੋਰਾ ਲੋਕਾਂ ਨੂੰ ਯਾਦ ਆ, ਕਲਾਸੀਕਲ ਪੀਸ ਬਣਿਆ ਹੋਇਆ ਇੱਕ, ਹੈ ਨਾ। ਜੋਰਾ 1 ਜਿੱਥੇ ਖਤਮ ਹੁੰਦੀ ਆ ਉੱਥੇ ਕੁਐਸਚਨ ਮਾਰਕ ਆ, ਹੁਣ ਉਸ ਸਵਾਲ ਦਾ ਜਵਾਬ ਕੀ ਹੈ? ਜੋਰਾ ਦਾ ਸੈਕੰਡ ਚੈਪਟਰ। ਸੋ ਜੇ ਤੁਹਾਨੂੰ ਉਸ ਸਵਾਲ ਦਾ ਜਵਾਬ ਚਾਹੀਦਾ ਤਾਂ ਤੁਸੀਂ 6 ਮਾਰਚ ਨੂੰ ਜੋਰਾ ਦਾ ਸੈਕੰਡ ਚੈਪਟਰ ਜ਼ਰੂਰ ਦੇਖਣ ਜਾਓ, ਤੁਹਾਨੂੰ ਉਸ ਸਵਾਲ ਦਾ ਜਵਾਬ ਵੀ ਮਿਲੂਗਾ, ਅਤੇ ਬਾਕੀ ਇੱਕ ਵਧੀਆ ਸਿਨੇਮਾ ਤੁਸੀਂ ਦੇਖ ਕੇ ਆਓਗੇ, ਵਧੀਆ ਫਿਲਮ ਦੇਖ ਕੇ ਆਓਗੇ, ਅਤੇ ਪਹਿਲੀ ਫਿਲਮ ਦੀ ਤਰ੍ਹਾਂ ਹੀ ਮੈਨੂੰ ਆਸ ਆ ਕਿ ਦੂਜੀ ਫਿਲਮ ਵੀ ਤੁਹਾਨੂੰ ਓਨੀ ਪਸੰਦ ਹੋਊਗੀ। ਹਰਪ੍ਰੀਤ ਦੇਵਗਨ ਭਾਜੀ ਕਹਿ ਰਹੇ ਸੀਗੇ ਕਿ ਜਿਹਨੇ 1 ਨਹੀਂ ਵੀ ਦੇਖੀ ਉਹ ਵੀ 2 ਦੇਖ ਸਕਦਾ, ਫਿਲਮ ਐਸੀ ਬਣੀ ਹੋਈ ਹੈ ਕਿ ਜਿਹਨੇ 1 ਨਹੀਂ ਵੀ ਦੇਖੀ ਉਹ ਵੀ 2 ਦੇਖਣ ਜਾਊਗਾ, ਉਹਨੂੰ ਇਹ ਨਹੀਂ ਲੱਗੂਗਾ ਵੀ ਮੈਨੂੰ ਸ਼ਾਇਦ ਨਵੀਂ ਕੁਝ ਚੀਜ਼ ਲੱਗ ਰਹੀ ਹੈ। ਬਿਲਕੁਲ, 2 ਦੇਖਣ ਤੋਂ ਬਾਅਦ, 2 ਦੇਖਣ ਤੋਂ ਬਾਅਦ ਮੈਂ 1 ਵੀ ਦੇਖੂਗਾ। ਜ਼ਰੂਰ ਦੇਖਣ ਲੱਗੇ ਹਾਂ। ਆਖਰ ਦੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ? ਜ਼ਰੂਰ ਦੇਖਣ ਜਾਣ, 6 ਮਾਰਚ ਨੂੰ ਜ਼ਰੂਰ ਦੇਖ ਕੇ ਦੱਸਣ ਆਪਣਾ ਵਿਊ ਦੇਣ ਕਿ ਕੈਸੀ ਲੱਗੀ। ਕੈਸੀ ਲੱਗੀ? ਬਹੁਤ ਧੰਨਵਾਦ ਤਿੰਨਾਂ ਦਾ, ਤੁਸੀਂ ਸਟੂਡੀਓ ਦੇ ਵਿੱਚ ਆਏ, ਤੁਹਾਡਾ ਨਾਲ ਗੱਲ ਕਰਕੇ ਬਹੁਤ, ਮੱਕੜ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਖੁਦ ਇੱਕ ਪੰਜਾਬ ਦਾ ਵੱਡਾ ਨਾਂ ਹੋ, ਸੋ ਤੁਹਾਡੇ ਨਾਲ ਗੱਲਬਾਤ ਕਰਕੇ ਖੁਸ਼ੀ। ਬਹੁਤ ਸ਼ੁਕਰੀਆ।
थैंक यू सो मच जी। सो 6 मार्च नूं तुसीं चंगा सिनेमा देखना है तो देखन जायो, जे चंगा सिनेमा की आस नहीं रखते तो बेशक तुसीं फिल्म ना देखियो, ये मैं अपने वालों कह रहा। जे तुहानूं वाकई चाहिए कि पंजाब दे विच असीं रोज़ चर्चा करते हैं कि चंगीआं चीज़ां आउण, चंगा सिनेमा आवे, तो यह फिल्म जरूर देखियो 6 मार्च नूं जोरा 2nd चैप्टर। इजाजत दिओ, कैमरा परसन जगरूप सिंह दे नाल मैं सिमरनजोत सिंह, धन्यवाद। सत श्री अकाल। की तुसी कैनेडा स्टूडेंट वीजे ते जाना चाहते हो? आयल्स विच ओवरऑल तो 6 बैंड आ गए, पर 1 मॉड्यूल या 2 मॉड्यूल विच 5.5 बैंड रह गए, इत्ते भी वीजा हासिल किया जा सकता है। अज ही संपर्क करो पिरामिड ई सर्विसिज नाल और कैनेडा स्टूडेंट वीजे दे अपने सुपने नू साकार करो। कॉल करो 9953 9253 9256392563।